going to have to. Thank you.
Ram Ram Tumhe Gaaye Re Gita,
वाहेगुरु जी का खालसा वाहेगुरु जी की फतेह। समूह रिश्तेदार बिरादरी भाईचारा अति सत्कार योग माता वेद कुमारी जी तिना दे कीर्तन अते अंतम अदास विच आपां सारे जुड़ बैठे हाँ। सतगुरां दे पावन चरणा विच जुड़ के विरागमय कीर्तन आप संगतां अति सत्कार योग भाई साहब जी पासों सुन रहे सी। ये अति जरूरी है एक समुचे संसार दे विच के जदों भी कोई प्राणी आउंदा है कि उसने जाना जरूर है। भावें सतगुरां ने जितनी श्वासां दी पूंजी उसनू बख्शिश कीती है उसनू भोगदिया होया जितनी श्वास सतगुरु ने बख्शे ने इस संसार विचों चले जाता है। तो इस तरह ही अति सत्कारयोग माता वेद कुमारी जी जो इस संसार विचों प्रभपुर प्याना कर गए ने आप सारे ने रल मिल के गुरु चरणा विच अरदास बेनती जोधरी करनी है। गुरु बख्शिश करे जिथे उस विछड़ी हुई आत्मा सतगुरु सदीव काली अपने चरणा दे विच निवास बख्शे पिछे परिवार को भाणा मनन का सतगुरु बल बख्शन। ये अरदास आप सारे ने जुड़ के करनी है कि खासे जिमें कि एक माँ का रिश्ता जो है बड़ा सत्कारत रिश्ता है। गुरु ग्रंथ साहिब विच भी सतगुरां ने बख्शिश की है कि पवन गुरु पाणी पिता माता धरत महत। तो माता नू एक धरती का दर्जा दिता गया है कि इस संसार में जदों किसी की कोई माँ चले जाती है तो उसके बच्चों को पूछो कि माँ का की दर्जा है। तो आप सारे ने रल के क्योंकि सच्चाई है अटल सच्चाई है कि आप जाना सबने है किसी की अगे वारी है किसी की पिछे वारी है वारी आपो अपनी के नेड़े के दूर। तो गुरु बख्शिश करे उस विछड़ी हुई आत्मा सतगुरु सदीव काली अपने चरणों के निवास बख्शे पिछे परिवार को भाणा मनन का बल बख्शे। लुधियाने शहर दियाँ बहुत सारिया धार्मिक जथेबंदियां क्योंकि इस परिवार के नाल सारिया समाज के नाल एक चंगा गूढ़ा रिश्ता है और खास करके अति सत्कारयोग सरदार रजिंद्र कुमार बाबू रजिंद्र कुमार जी
ਉਹ ਸਾਰਿਆਂ ਨੇ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਰਾਜਨੀਤਿਕ ਜਥੇਬੰਦੀਆਂ ਦੇ ਸਿਰਮੌਰ ਇੱਥੇ ਪਹੁੰਚੇ ਨੇ। ਬਹੁਤ ਸਾਰੇ ਕੌਂਸਲਰ ਸਾਹਿਬ ਪਹੁੰਚੇ ਨੇ, ਪ੍ਰਧਾਨ ਸਾਹਿਬ ਪਹੁੰਚੇ ਨੇ ਇੱਥੇ, ਸਾਰਿਆਂ ਦਾ MLA ਸਾਹਿਬ ਵੀ ਪਹੁੰਚੇ ਨੇ। ਉਹ ਸਾਰਿਆਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਮੈਂ ਇਕੱਲੇ ਇਕੱਲੇ ਦਾ ਨਾਂ ਨਾ ਲਵਾਂ, ਕਿਉਂਕਿ ਸਮਾਂ ਵੀ ਵਰਕਿੰਗ ਡੇ ਹੈ, ਸਮਾਂ ਵੀ ਬਹੁਤ ਹੋ ਚੁੱਕਾ ਹੈ। ਜਿੱਥੇ ਕੋਈ ਸੋਕ ਮੱਤੇ ਪਹੁੰਚੇ ਨੇ, ਲੁਧਿਆਣਾ ਕਾਰ ਡੀਲਰ ਐਸੋਸੀਏਸ਼ਨ ਵੱਲੋਂ, ਫਿਰੋਜ਼ਪੁਰ ਗਾਂਧੀ ਮਾਰਕੀਟ ਵੱਲੋਂ ਰੋਜ਼ ਗਾਂਧੀ ਮਾਰਕੀਟ ਵੱਲੋਂ ਸ਼ੋਕ ਮੱਤਾ ਪਹੁੰਚਿਆ ਹੈ। ਗਿਆਨ ਸਥਾਨ ਮੰਦਿਰ ਵੱਲੋਂ ਵੀ ਸ਼ੋਕ ਮੱਤਾ ਪਹੁੰਚਿਆ ਹੈ ਜੀ। ਸ਼੍ਰੀ ਸੁਰਿੰਦਰ ਕੁਮਾਰ ਡਾਬਰ ਜੀ MLA, ਉਹਨਾਂ ਵੱਲੋਂ ਵੀ ਸ਼ੋਕ ਮੱਤਾ ਪਹੁੰਚਿਆ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਇਸ ਪਾਵਨ ਅਸਥਾਨ ਦੀ ਮਰਿਆਦਾ ਅਨੁਸਾਰ ਜੋ ਪ੍ਰਾਣੀ ਚਲੇ ਜਾਂਦਾ ਹੈ, ਗੁਰੂ ਘਰ ਵੱਲੋਂ ਸਿਰਪਾਓ ਅਸੀਸ ਬਖਸ਼ਿਸ਼ ਕੀਤੀ ਜਾਂਦੀ ਹੈ। ਤਾਂ ਮੈਂ ਬੇਨਤੀ ਕਰਾਂਗਾ ਪਾਓ ਰਜਿੰਦਰ ਕੁਮਾਰ ਜੀ ਨੂੰ, ਗੁਰੂ ਮਹਾਰਾਜ ਜੀ ਮਜ਼ੂਰੀ 'ਚ ਮੱਥਾ ਟੇਕ ਕੇ ਜੋ ਸਿਰਪਾਓ ਹੈ ਉਹ ਅਤਿ ਸਤਿਕਾਰ ਜੋ ਸਾਡੇ ਇਸ ਪਾਵਨ ਅਸਥਾਨ ਦੇ ਹਜ਼ੂਰੀ ਕੀਰਤੀ ਹੈ ਭਾਈ ਜਰਨੈਲ ਸਿੰਘ ਜੀ, ਉਹ ਸਿਰਪਾਓ ਦੀ ਸੇਵਾ ਨਿਭਾਉਣਗੇ। ਤਾਂ ਮੈਂ ਬੇਨਤੀ ਕਰਾਂਗਾ ਪਾਓ ਰਜਿੰਦਰ ਕੁਮਾਰ ਜੀ ਨੂੰ, ਗੁਰੂ ਮਹਾਰਾਜ ਜੀ ਮਜ਼ੂਰੀ 'ਚ ਮੱਥਾ ਟੇਕ ਕੇ ਜੋ ਸਿਰਪਾਓ ਹੋਇਆ। ਸਮੁੱਚੀ ਜੋ ਕਿ ਭਾਈਚਾਰਾ ਇਸ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਪਹੁੰਚਿਆ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭਾਈ ਰਜਿੰਦਰ ਕੁਮਾਰ ਜੀ ਬੋਲੇ ਸੋ ਨਿਹਾਲ ਸ੍ਰੀ ਅਕਾਲ, ਫਿਰ ਗੁਰੂ ਬਖਸ਼ਿਸ਼ ਕਰੇ ਜੀ। ਆਓ ਹੁਣ ਵਾਹਿਗੁਰੂ 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 ਵਾਹਿਗੁਰੂ।
ਜੀ ਸਤਨਾਮ ਸ੍ਰੀ ਵਾਹਿਗੁਰੂ 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 ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿ ਸ੍ਰੀ ਕਬੱਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਕਬੱਤੀ ਸਿਮਰ ਕਾਇ ਗੁਰੂ ਨਾਨਕ ਲਈ ਤੇ ਆ ਰਹੇ ਕਿਰਮ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਖਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਮਿਸ਼ਨ ਤੇ ਆਈ ਹੈ ਜੇ ਜੁੱਠੇ ਸਭ ਗੁਜਾਇ ਦੇ ਬਹਾਦਰ ਸਿਮਰਿਆ ਕਰਮਾਂ ਤੇ ਆਵੇ ਧਾਇ ਸਭ ਖਾਨਾਂ ਦੀ ਸਾਰ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਖਾਨਾਂ ਦੀ ਸਾਰ ਜਨਾ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਤਰਖਾਲਸਾ ਜੀ ਬੋਲੋ ਜੀ ਸਤਿਗੁਰ ਦੇ ਸਾਜੇ ਨਿਵਾਜੇ ਪੰਜ ਪਿਆਰੇ ਚਾਰ ਸਰਜਾ ਦੇ ਚਾਲੀ ਮੁਕਤੇ ਹੱਟੀਆਂ ਤੱਪੀਆਂ ਤੱਪੀਆਂ ਨਾਮ ਜਪਿਆ ਵਰਣ ਛਕਿਆ ਤੇ ਚਲਾਏ ਦੇ ਗਵਾਏ ਦੇ ਗਣ ਕੀਤਾ ਤੇਰਾ ਪਿਆਰਿਆ ਸੰਜਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿਮਰੀਆਂ ਨੇ ਧਰਮ ਦੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਜੀ ਕੁਰਬਾਨੀਆਂ ਕੀਤੀਆਂ ਧਰਮਣੀ ਹਾਰਿਆ ਸਿੱਖੇ ਸਿੱਧਰ ਕਿਸਾਨ ਸਵਾਸਾਂ ਦਾਨ ਨਿਵਾਜੀ ਜਿਨ੍ਹਾਂ ਸ਼ਹੀਦ ਸਿੰਘ ਸਿੱਖਣੀਆਂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਦਿਆ ਵਿੱਚ ਦਿਆਉਣ ਕਸਤਗਾ ਸਰਬ ਸੁਭੋ ਹੈ ਜਨ ਜਨ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਜ ਦੀ ਤੇ ਫਤਿਹ ਵਿਰੁੱਧ ਕੀ ਪੈਰ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਮੁੜ ਬਾਲੇ ਖਾਲਸਾ ਜੀ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਖ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਕੀ ਜੁਗੋ ਜੁਗ ਅਕਾਲ ਧਰਮ ਕਾਰਜ ਅਕਾਲ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਕੀ ਲੱਕਾ ਦਾ ਰੱਖਾ ਆਪ ਅਕਾਲ ਗੁਰੂ ਅਕਾਲ ਸਤਿ ਆਪ ਆਪਣੇ ਬੰਦ ਦੇ ਸਦਾ ਸਹਾਈ ਅਕਾਲ ਜੀ ਹੋ ਜਿਨ੍ਹਾਂ ਕਾਲਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਬਖਸ਼ੋ ਇਹ ਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਦਾਨ ਨੇ ਉੱਡਿਆਂ ਦੀ ਔਰ ਨਿਆਸਰਿਆਂ ਦੇ ਆਸਰੇ ਧੰਨ ਤਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਜੀ ਆਦਿ ਦੇ ਪਾਵਨ ਪੁੱਤਰ ਚਰਨ ਕਮਲਾਂ ਚ ਅਰਦਾਸ ਬੇਨਤੀ ਪ੍ਰਾਰਥਨਾ ਜੋਦੜੀ ਆਪ ਜੀ ਦਾ ਫਰਮਾਨ ਹੈ ਜੇ ਹਾ ਚੀਰੀ ਲਿਖਿਆ ਦੇ ਹਾ ਹੁਕਮ ਕਮਾਏ ਕੱਲੇ ਮਹਾਵਾਕਾਂ ਅਨੁਸਾਰ ਮਰ ਲਿਖਾਏ ਮੰਡਲ ਮੈਂ ਆਏ ਆਪ ਜੀ ਦੇ ਦਰ ਘਰ ਦੇ ਸੇਵਕ ਸਤਿਕਾਰਯੋਗ ਮਾਤਾ ਵੇਰ ਕੁਮਾਰੀ ਜੀ ਸਤਿਗੁਰੂ ਜੀ ਜਿਤਨੇ ਵਿਸ਼ਵਾਸ ਬਖਸ਼ ਕੀਤੇ ਸਨ ਇਸ ਸੰਸਾਰ ਦੀ ਯਾਤਰਾ ਕਰਦੇ ਹੋਏ ਹੁਕਮ ਆਇਆ ਹੁਕਮ ਸਿਰ ਮੱਥੇ ਤੇ ਬਣਦੇ ਅਕਾਲ ਚਲਾਣਾ ਕਰ ਗਏ ਸਤਿਗੁਰੂ ਜੀ ਉਹਨਾਂ ਦੀ ਆਤਮ ਸ਼ਾਂਤੀ ਦੇ ਲਈ ਆਪ ਜੀ ਦੇ ਪਵਿੱਤਰ ਸਥਾਨ ਤੇ ਰਲ ਮਿਲ ਸੰਗਤਾਂ ਨੇ ਸਮੂਹ ਪਰਿਵਾਰ ਨੇ ਇਕੱਤਰ ਹੋ ਕੇ ਦੁਪਹਿਰ ਵੇਲੇ ਦੇ ਦੀਵਾਨ ਸਜਾਏ ਸਜੇ ਹੋਏ ਦੀਵਾਨਾਂ ਅੰਦਰ ਬੈਰਾਗਮਾਈ ਅਲਾਦਿਆਂ ਵਿਚਾਰਾਂ ਕਰਦਿਆਂ ਗੁਰਬਾਣੀ ਦਾ ਆਦਮ ਸਤਿਕਾਰ ਕਰਦਿਆਂ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਅਣਜਾਣ ਸੇਵਕ ਵਜੇ ਜਾਣ ਕਿਵਾਂ ਕਰਨਾ ਅੱਗੋਂ ਤੋਂ ਸ਼ੁੱਧ ਗੁਰਬਾਣੀ ਪੜ੍ਹਨ ਦੀ ਵਿਚਾਰ ਕਰਨ ਦੀ ਸਮਰੱਥ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਆਪਣੇ ਦਰ ਤੇ ਪ੍ਰਵਾਨ ਕਰਨੀ ਇਸ ਗੁਰਬਾਣੀ ਦਾ ਭਾਵ ਅਤੇ ਕੀਤੀ ਹੋਈ ਵਿਚਾਰ ਦਾ ਭਾਵ ਗੁਰਮੁਖ ਪਰਿਵਾਰ ਆਈਆਂ ਹੋਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਕਦਮ ਕਦਮ ਲਿਖ ਚਲਾਉਣਾ ਤਿਲ ਫਲ ਭੇਟਾ ਪ੍ਰਵਾਨ ਕਰਨੀ ਦਰਮ ਭਰੋਂ ਨਾਮ ਦਾਨ ਗੁਰਸਿੱਖੀ ਦਾਨ ਭਰੋਸਾ ਦਾਨ ਬਖਸ਼ਿਸ਼ ਕਰਨਾ ਸਤਿਗੁਰੂ ਜੀ ਸੇਵਕ ਪਰਿਵਾਰ ਆਈਆਂ ਹੋਈਆਂ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ ਸਤਿਕਾਰਯੋਗ ਮਾਤਾ ਮਾਤਾ ਵੀਰ ਕੁਮਾਰੀ ਪਾਸੋਂ ਸੱਚੇ ਪਿਤਾ ਜੀ ਆਪਣੇ ਜੀਵਨ ਕਾਲ ਵਿੱਚ ਵਿਚਰਦਿਆਂ ਹੋਇਆਂ ਜਾਣੇ ਅਣਜਾਣੇ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਉਹਨਾਂ ਭੁੱਲਾਂ ਗਲਤੀਆਂ ਨੂੰ ਨਾ ਚਿਤਾਰਦਿਆਂ ਹੋਇਆਂ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ ਸਤਿਗੁਰੂ ਜੀ ਵਿਛੜੀ ਆਤਮਾ ਨੂੰ 84 ਦੇ ਗੇੜ ਤੋਂ ਬਚਾ ਕੇ ਆਵਾਗਮਨ ਤੋਂ ਰਹਿਤ ਕਰਦਿਆਂ ਹੋਇਆਂ ਸਦੀਵ ਕਾਲੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਨੂੰ ਸਾਕ ਸੰਬੰਧੀਆਂ ਨੂੰ ਬੱਚੇ ਬੱਚੀਆਂ ਨੂੰ ਭਾਣਾ ਮੰਨਣ ਦੀ ਸਮਰੱਥਾ ਬਖਸ਼ ਕਰਨੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਰਹਿਮਤ ਭਰਿਆ ਰੱਖਣਾ ਦੁੱਖਾਂ ਕਲੇਸ਼ਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਘਰਾਂ ਵਿੱਚ ਸੁੱਖਾਂ ਸ਼ਾਂਤੀਆਂ ਵਰਤਾਉਣੀਆਂ ਪਰਿਵਾਰਾਂ ਵਿੱਚ ਆਪਸ ਵਿੱਚ ਪ੍ਰੇਮ ਪਿਆਰ ਇਤਫਾਕ ਅਤੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ ਕਰਨਾ ਪਿਆਰੇ ਪਿਆਰੇ ਬੱਚਿਆਂ ਦੇ ਸੀਸ ਤੇ ਮਿਹਰ ਭਰਿਆ ਰਹਿਮਤ ਭਰਿਆ ਰੱਖਣਾ
ਵੱਡੀ ਵੱਡੀ ਆਰਜੂ ਮਾਤਾ ਪਿਤਾ ਦੇ ਆਗਿਆਕਾਰੀ ਸੁਪੁੱਤਰੀ ਸੁਪੁੱਤਰ ਬਣਾਉਣੇ ਦੇਸ਼ ਕੌਮ ਦੀ ਸੇਵਾ ਗੁਰਸਿੱਖੀ ਜੀਵਨ ਦੀਆਂ ਦਾਤਾਂ ਵਿਦਿਆ ਦੀਆਂ ਦਾਤਾਂ ਬਖਸ਼ ਕਰਕੇ ਬੱਚਿਆਂ ਨੂੰ ਕਿਰਤਾਰਥ ਕਰਨਾ ਸਤਿਗੁਰੂ ਜੀ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਪਾਵਨ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੋਈ ਦਰ ਪ੍ਰਵਾਨ ਪ੍ਰਵਾਨਿਆਂ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜਪੇ ਸੇਵਕਾਂ ਵੱਲੋਂ ਬੇਅੰਤ ਬੇਅੰਤ ਮਾਇਆ ਅਰਦਾਸ ਭੇਟਾ ਹਾਜ਼ਰ ਹੋਈ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨ ਦੇਸਾਂ ਪ੍ਰਦੇਸਾਂ ਵਿੱਚ ਸਹਾਇਤਾ ਕਾਰੋਬਾਰਾਂ 'ਚ ਵਾਧੇ ਖੁੱਲ੍ਹੇ ਖਜ਼ਾਨੇ ਬਖਸ਼ ਕਰਨੇ ਕਮਾਈਆਂ 'ਚ ਬਰਕਤਾਂ ਪਾਉਣੀਆਂ ਅਤੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ ਕਰਨਾ ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰਕੇ ਸੇਵਕ ਪਰਿਵਾਰ ਆਈਆਂ ਹੋਈਆਂ ਸੰਗਤਾਂ ਨੂੰ ਕਿਰਤਾਰਥ ਕਰੋ ਹੁਕਮਨਾਮੇ 'ਤੇ ਚੱਲਣ 'ਤੇ ਆਗਿਆ ਬਖਸ਼ਿਸ਼ ਕਰੋ ਸਹੀ ਸੰਤ ਪਿਆਰੇ ਮਿਲੋ ਜਿਨ੍ਹਾਂ ਦੇ ਮਿਲਦਿਆਂ ਆਪ ਜੀ ਦਾ ਪਵਿੱਤਰ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਕੇ ਆਵੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਨ ਹੀ ਤੇ ਪਾਈਐ ਪੂਰਨ ਪਰਮਾਨੰਦ ਰੀਤਾ ਕਿਥੇ ਤੈਂਡੀ ਮਾਪਿਆਂ ਜਿੰਨੀ ਤੂੰ ਜਣਿਓ ਤੈ ਪਾਸੋਂ ਉਲਤ ਗਏ ਤੂੰ ਅਜੇ ਨਾ ਪਤਿਨੋ ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਦਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਸੋ ਕਹੋ ਗਲ ਗੁਰ ਸੇ ਐਨ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫ ਕਸਮ ਦੀ ਸੂਰਿਆਸੋਂ ਗੁਰਸੋਂ ਝੱਟੀ ਸਤੀ ਪਾਤਸ਼ਾਹ ਮਲ ਜਨਮ ਜਨਮ ਦੀ ਘਟੀ ਸਜਣ ਸਚਾ ਪਾਤਸ਼ਾਹ ਇਰਸ਼ਾਂਤ ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਵਿਸਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾਂ ਗੁਰ ਆਪਣੇ ਉਪਰ ਬਲ ਜਾਈਐ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾ ਕਾ ਅੰਤਰ ਜਾਮੀ ਰਹਾਉ ਚਰਨ ਕਮਲ ਸਿਉਂ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ
ਵਿਖ ਜਾਇ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤ ਰਮਾਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਮਾਤਾ ਜੀ ਪਿਛਲੇ ਬੰਦੇ ਦੀ ਹੋ ਜਾਓ ਪਿਛਲੇ ਬੰਦੇ ਦੀ ਹੋ ਕੇ ਕਰੂੰਗੀ ਵਧੀਆ ਤੁਹਾਨੂੰ ਪਿੱਛੇ ਨਹੀਂ ਕਰੋ ਨਾ ਜੋ ਕਰਨਾ